ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਕ ਹੋਰ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਸਤੇ ਇਸ ਚੈਨਲ ਤੇ ਆਏ ਹਾਂ। ਉਹ ਹੈ ਕਿ ਸਰਦਾਰ ਜੋਗਿੰਦਰ ਸਿੰਘ ਸਪੋਕਸਮੈਨ ਦੇ ਜੋ ਸੰਪਾਦਕ ਨੇ ਉਹਨਾਂ ਤੇ PTC ਚੈਨਲ ਦੇ ਰਾਹੀਂ ਬਹੁਤ ਭੱਦੇ ਇਲਜ਼ਾਮ ਲਾਏ ਜਾ ਰਹੇ ਨੇ। ਇਲਜ਼ਾਮ ਲਾਉਣ ਵਾਲਿਆਂ ਵਿੱਚ ਬਾਦਲ ਪਰਿਵਾਰ, ਕਿਉਂਕਿ TV ਚੈਨਲ ਉਹਨਾਂ ਦਾ ਹੀ ਹੈ, ਅਤੇ ਅੱਗੋਂ ਸ਼੍ਰੋਮਣੀ ਕਮੇਟੀ ਪ੍ਰਧਾਨ, ਅਕਾਲ ਤਖਤ ਦਾ ਜਥੇਦਾਰ ਅਤੇ ਹੋਰ ਜਿਹੜੇ ਇਹਨਾਂ ਦੇ ਅਖੌਤੀ ਲੀਡਰ ਨੇ, ਜਿਹੜੇ ਕਿ ਆਪ ਚੋਰ, ਠੱਗ ਅਤੇ ਭ੍ਰਿਸ਼ਟਾਚਾਰੀ ਸਿੱਧ ਹੋ ਚੁੱਕੇ ਹੋਏ ਨੇ, ਜਿਨ੍ਹਾਂ ਨੇ ਲੰਮੇ ਸਮੇਂ ਤੋਂ ਗੁਰੂ ਕੇ ਨਾਮ ਤੇ ਮਾਇਆ ਇਕੱਤਰ ਕਰਕੇ ਗੋਲਕਾਂ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਲੁੱਟ ਕੇ ਖਾ ਲਈਆਂ, ਤੇ ਇਹਨਾਂ ਦੇ ਬੱਬਰ ਫਿਰ ਵੀ ਨਹੀਂ ਭਰੇ। ਆਪਾਂ ਅੱਜ ਉਹਨਾਂ ਦੀ ਗੱਲ ਕਰਾਂਗੇ ਕਿ ਉਹ ਸਰਦਾਰ ਜੋਗਿੰਦਰ ਸਿੰਘ ਤੇ ਇਲਜ਼ਾਮ ਲਾਉਂਦੇ ਨੇ ਕਿ ਉਹਨਾਂ ਨੇ ਉੱਚਾ ਦਰ ਬਾਬੇ ਨਾਨਕ ਦਾ ਰਾਹੀਂ ਕਰੋੜਾਂ ਰੁਪਈਆ, ਅਰਬਾਂ ਰੁਪਈਆ ਹੜੱਪ ਕਰ ਲਿਆ। ਨਿਤ ਦਿਨ ਕਿਸੇ ਨਾ ਕਿਸੇ ਬੰਦੇ ਨੂੰ ਉਹ TV ਚੈਨਲ ਤੇ ਲਿਆਉਂਦੇ ਨੇ, ਉਹਦੀ ਫੋਟੋ ਵਗੈਰਾ ਦਿਖਾ ਦਿੰਦੇ ਨੇ ਜਾਂ ਉਹਦੇ ਦੋ ਅੱਖਰ ਲਿਖੇ ਹੋਏ ਦਿਖਾ ਦਿੰਦੇ ਨੇ, ਤੇ ਇਹਨਾਂ ਚੀਜ਼ਾਂ ਦੇ ਨਾਲ ਉਹ ਬਦਨਾਮ ਕਰਨ ਦਾ ਯਤਨ ਕਰਦੇ ਨੇ। ਹੁਣ ਮੈਂ ਤੁਹਾਡੇ ਸਾਹਮਣੇ ਕੋਈ ਤੱਥ ਪੇਸ਼ ਕਰਨ ਲੱਗਿਆ ਕਿ ਕਹਿੰਦੇ ਨੇ ਛੱਜ ਤਾਂ ਬੋਲੇ, ਛਾਲਣੀ ਕੀ ਬੋਲੇ। ਇਹ ਛਾਲਣੀ ਵੀ ਚੀਕਾਂ ਮਾਰ ਰਹੀ ਹੈ, ਜਿਹੜੀ ਕਿ ਆਪ ਹਜ਼ਾਰਾਂ ਸੁਰਾਖਾਂ ਨਾਲ ਸਾਹਮਣੇ ਮੌਜੂਦ ਹੈ। ਇੱਕ ਛੋਟੀ ਜੀ ਕਹਾਣੀ ਮੈਕਸਿਮ ਗੋਰਕੀ ਦੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਮੈਕਸਿਮ ਗੋਰਕੀ ਤਕਰੀਬਨ 100 ਸਵਾ 100 ਸਾਲ ਪਹਿਲਾਂ ਰੂਸ ਦੇ ਵਿੱਚ ਇੱਕ ਕ੍ਰਾਂਤੀਕਾਰੀ ਲਿਖਾਰੀ ਹੋਇਆ, ਪਰ ਉਹ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਸੀ, ਤੇ ਉਹਨੇ ਗਰੀਬੀ ਦੇ ਕਾਰਨ ਝੁੱਗੀਆਂ ਝੌਂਪੜੀਆਂ ਦੇ ਵਿੱਚ ਜਾ ਕੇ ਆਪਣੀ ਵੀ ਇੱਕ ਝੁੱਗੀ ਪਾ ਲਈ, ਉੱਥੇ ਮਿਹਨਤ ਮਜ਼ਦੂਰੀ ਕਰਨ ਲੱਗ ਪਿਆ, ਰਿਕਸ਼ਾ ਵਗੈਰਾ ਵਾਹੁਣ ਲੱਗ ਪਿਆ ਤੇ ਹੋਰ ਹੱਥੀ ਕੰਮ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲੱਗ ਪਿਆ। ਪਰ ਉਹ ਨਸ਼ਾ ਕੋਈ ਨਹੀਂ ਸੀ ਕਰਦਾ, ਉਹ ਚੋਰੀ ਕੋਈ ਨਹੀਂ ਸੀ ਕਰਦਾ। ਜਿਹੜੇ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਹੋਰ ਲੋਕ ਸੀ ਪਹਿਲਾਂ ਤੋਂ, ਉਹ ਕਹਿਣ ਲੱਗੇ ਗੋਰਕੀ ਤੂੰ ਸਾਡੇ ਨਾਲ ਬੈਠ ਕੇ ਦੋ ਘੁੱਟਾਂ ਸ਼ਰਾਬ ਵੀ ਪੀ ਲਿਆ ਕਰ। ਉਹ ਕਹਿੰਦਾ ਮੈਂ ਨਹੀਂ ਪੀਣੀ, ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਕਹਿੰਦੇ ਫਿਰ ਚੋਰੀ ਕਰਨੀ ਚੱਲਿਆ ਕਰ ਰਾਤ ਨੂੰ ਸਾਡੇ ਨਾਲ। ਕਹਿੰਦਾ ਇਹ ਕੰਮ ਮੈਂ ਨਹੀਂ ਕਰਨਾ, ਮੇਰੀ ਆਤਮਾ ਇਜਾਜ਼ਤ ਨਹੀਂ ਦਿੰਦੀ। ਉਹਨਾਂ ਨੇ ਦੋ ਚਾਰ ਵਾਰੀ ਤਜਰਬਾ ਕਰਕੇ ਆਖਿਆ ਕਿ ਇਹ ਤਾਂ ਮੰਨਦਾ ਨਹੀਂ ਹੈ। ਉਹਨੂੰ ਕਹਿਣ ਲੱਗੇ ਹੁਣ ਗੋਰਕੀ ਤੂੰ ਇੱਥੋਂ ਸਾਡੇ ਕੋਲੋਂ ਚਲਾ ਜਾ। ਕਹਿਣ ਲੱਗਿਆ ਕਿਉਂ? ਕਹਿੰਦੇ ਤੇਰੇ ਕੋਲੋਂ ਸਾਨੂੰ ਡਰ ਲੱਗਦਾ ਹੈ। ਕਹਿੰਦਾ ਮੈਂ ਗਰੀਬ ਬੰਦਾ ਤੇ ਝੁੱਗੀ 'ਚ ਰਹਿਣ ਵਾਲਾ, ਮੇਰੇ ਤੋਂ ਕਾਹਦਾ ਡਰ? ਕਹਿੰਦੇ ਤੂੰ ਸਾਡੇ ਵਰਗਾ ਨਹੀਂ ਬਣਿਆ, ਤੂੰ ਚੋਰ ਨਹੀਂ ਬਣਿਆ, ਤੂੰ ਠੱਗ ਨਹੀਂ ਬਣਿਆ, ਤੂੰ ਸ਼ਰਾਬੀ ਨਹੀਂ ਬਣਿਆ, ਇਸ ਕਰਕੇ ਸਾਨੂੰ ਤੇਰੇ ਤੋਂ ਡਰ ਲੱਗਦਾ ਹੈ। ਤੂੰ ਕਿਤੇ ਨਾ ਕਿਤੇ ਸਾਨੂੰ ਫਸਾ ਦੇਵੇਂਗਾ, ਸਾਡੇ ਵਿਰੁੱਧ ਗਵਾਹੀ ਦੇ ਦੇਵੇਂਗਾ, ਕਿਉਂਕਿ ਆਪ ਤਾਂ ਤੂੰ ਮਾੜਾ ਕੰਮ ਕਰਦਾ ਕੋਈ ਨਹੀਂ। ਗੋਰਕੀ ਕਹਿਣ ਲੱਗਿਆ ਮੈਨੂੰ ਮਜਬੂਰ ਹੋ ਕੇ ਉੱਥੋਂ ਜਾਣਾ ਪਿਆ, ਨਹੀਂ ਤੇ ਉਹ ਕਹਿਣ ਲੱਗੇ ਤੈਨੂੰ ਮਾਰ ਦਿਆਂਗੇ, ਲੱਤਾਂ ਬਾਹਾਂ ਤੋੜ ਦਿਆਂਗੇ, ਇੱਥੋਂ ਚਲਾ ਜਾ। ਇੱਕ ਸੱਚੇ ਆਦਮੀ ਨੂੰ ਵੀ ਝੂਠਿਆਂ ਦੇ ਵਿੱਚੋਂ ਬਾਹਰ ਜਾਣਾ ਪਿਆ, ਦੂਰ ਜਾ ਕੇ ਕਿਤੇ ਹੋਰ ਝੁੱਗੀ ਪਾ ਕੇ ਰਹਿਣਾ ਪਿਆ। ਇਸੇ ਤਰ੍ਹਾਂ ਜਿਹੜੇ ਸਾਡੇ ਵਰਗਿਆਂ ਨੇ ਸ਼੍ਰੋਮਣੀ ਕਮੇਟੀ ਦੇ ਫਰਾਡ ਨੂੰ, ਸ਼੍ਰੋਮਣੀ ਕਮੇਟੀ ਦੇ ਧੋਖੇਬਾਜ਼ੀਆਂ ਨੂੰ, ਠੱਗੀਆਂ ਨੂੰ, ਕੂੜ ਕੁਫਰ ਨੂੰ, ਗਲਤ ਪ੍ਰਚਾਰ ਨੂੰ ਨੰਗਾ ਕਰਨ ਦਾ ਉਪਰਾਲਾ ਕੀਤਾ, ਸਾਨੂੰ ਪੰਥ ਚੋਂ ਛੇਕ ਦਿੱਤਾ ਗਿਆ। ਇਹਨਾਂ ਨੇ ਇਹੋ ਹੀ ਸੀ ਭਾਵਨਾ ਪਿੱਛੇ ਕੰਮ ਕਰਦੀ। ਇਹ ਤਾਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ। ਇਹਨਾਂ ਨੂੰ ਪਤਾ ਸੀ ਕਿ ਜੇ ਇਹ ਬੰਦੇ ਇਸੇ ਤਰ੍ਹਾਂ ਕੰਮ ਕਰਦੇ ਰਹੇ ਤੇ ਸਾਨੂੰ ਤਾਂ ਜਿਉਣ ਜੋਗੇ ਨਹੀਂ ਛੱਡਣਗੇ, ਸਾਨੂੰ ਡੁੱਬ ਕੇ ਮਰਨਾ ਪਵੇਗਾ। ਇਹਨਾਂ ਨੂੰ ਹੁਣੀ ਬਾਹਰ ਕੱਢ ਦਿਓ ਆਪਣੇ ਚੋਰ ਪੰਥ ਤੋਂ, ਠੱਗ ਪੰਥ ਤੋਂ। ਇਹਨਾਂ ਨੇ ਜਦੋਂ ਸਰਦਾਰ ਜੋਗਿੰਦਰ ਸਿੰਘ ਨੇ 1994 ਦੇ ਵਿੱਚ ਮੰਥਲੀ ਮੈਗਜ਼ੀਨ ਸਪੋਕਸਮੈਨ ਸ਼ੁਰੂ ਕੀਤਾ, ਮੈਂ ਉਦੋਂ ਤੋਂ ਉਹਨਾਂ ਦੇ ਨਾਲ ਰਹਿ ਰਿਹਾ, ਉਹਨਾਂ ਦੀਆਂ ਮੀਟਿੰਗਾਂ 'ਚ ਜਾਂਦਾ ਰਿਹਾ, ਉਹਨਾਂ ਨੂੰ ਸਲਾਹ ਦੇਣੀ ਤੇ ਲੈਣੀ, ਅਤੇ ਜੋ ਮੈਂ ਸਪੋਕਸਮੈਨ ਦੇ ਰਾਹੀਂ ਪਾਠਕਾਂ ਤੱਕ ਲਿਖ ਕੇ ਪਹੁੰਚਾਉਣਾ ਚਾਹੁੰਦਾ ਸੀ ਉਹ ਵੀ ਸਾਰਾ ਕੁਝ ਮੈਂ ਕਰਦਾ ਰਿਹਾ, ਤੇ ਇਹਨਾਂ ਦੇ ਘਰੇਲੂ ਹਾਲਾਤ ਅਤੇ ਇਹਨਾਂ ਦੀ ਵਿਚਾਰਧਾਰਾ ਨੂੰ ਮੈਂ ਚੰਗੀ ਤਰ੍ਹਾਂ ਨੇੜੇ ਹੋ ਕੇ ਵੇਖਿਆ 1994 ਤੋਂ। ਤੇ ਉੱਥੇ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਦੇ ਨਾਲ ਮੈਂ ਬਤੌਰ PA ਕੰਮ ਕਰਦਾ ਸੀ।
ਉਦੋਂ ਜਥੇਦਾਰ ਨੇ ਘਰੇ ਆ ਕੇ ਇਹਦੇ ਨਾਲ ਮੁਲਾਕਾਤਾਂ ਕਰਨੀਆਂ ਕਿ ਤੂੰ ਬਹੁਤ ਵਧੀਆ ਕੰਮ ਕਰ ਰਿਹਾ, ਪਰ ਥੋੜਾ ਜਿਹਾ ਇੰਨਾ ਨਾ ਜ਼ਿਆਦਾ ਸੱਚ ਬੋਲਿਆ ਕਰ। ਗਿਆਨੀ ਕੇਵਲ ਸਿੰਘ ਨਾਲ ਮੀਟਿੰਗਾਂ ਤੇ ਆਉਂਦਾ ਸੀ ਤੇ ਉਹਨੇ ਵੀ ਆਪਣੇ ਵਿਚਾਰ ਰੱਖਣੇ ਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਹੁਦੇਦਾਰ ਵੀ ਆਉਂਦੇ ਸੀ। ਇੱਥੋਂ ਤੱਕ ਸ਼ੁਰੂ ਸ਼ੁਰੂ ਦੇ ਵਿੱਚ ਇਹਨੂੰ ਖਰੀਦਣ ਵਾਸਤੇ, ਇਹਦੇ ਮੈਗਜ਼ੀਨ ਵਾਸਤੇ ਉਹਨਾਂ ਨੇ ਕਾਫੀ ਰਕਮ ਦਿੱਤੀ ਤੇ ਤਾਂ ਕਿ ਇਹ ਜਿਹੜਾ ਮੈਗਜ਼ੀਨ ਹੈ ਤੁਸੀਂ ਖਾਸ ਬੰਦਿਆਂ ਨੂੰ ਫ੍ਰੀ ਦੇ ਵਿੱਚ ਭੇਜੀ ਜਾਓ, ਇਹ ਆਵਾਜ਼ ਤਾਂ ਘਰ ਘਰ ਪਹੁੰਚਣੀ ਚਾਹੀਦੀ ਹੈ। ਪਰ ਕੁਝ ਹੀ ਸਮੇਂ ਦੇ ਅੰਦਰ ਇਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਜਿਹੜਾ ਸਪੋਕਸਮੈਨ ਦੇ ਵਿੱਚ ਲਿਖਿਆ ਜਾ ਰਿਹਾ ਹੈ ਇਹ ਤਾਂ ਸਾਡੇ ਵਿਰੁੱਧ ਜਾ ਰਿਹਾ, ਇਹ ਤਾਂ ਲਿਖਣੋਂ ਹਟਦੇ ਹੀ ਨਹੀਂ, ਅਸੀਂ ਤੇ ਜ਼ਬਾਨਬੰਦੀ ਕਰਨ ਵਾਸਤੇ ਇਹਨੂੰ ਪੈਸੇ ਦਿੱਤੇ ਸੀ ਤਾਂ ਕਿ ਫ੍ਰੀ ਤੁਹਾਡਾ ਸਪੋਕਸਮੈਨ ਮੰਥਲੀ ਅਖਬਾਰ ਥਾਂ ਥਾਂ ਜਾਂਦਾ ਰਹੇ, ਤੇ ਇਹ ਤਾਂ ਫਿਰ ਵੀ ਸੱਚ ਬੋਲਣੋਂ ਨਹੀਂ ਹਟਿਆ। ਇਹਨਾਂ ਨੇ ਫਿਰ ਉਹ ਪੈਸੇ ਅੱਗੋਂ ਦੇਣੇ ਬੰਦ ਕਰ ਦਿੱਤੇ, ਫਿਰ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ ਕਿ ਸਪੋਕਸਮੈਨ ਨੂੰ ਬੰਦ ਕਰਵਾਉਣਾ। 1994 ਤੋਂ ਪਹਿਲਾਂ ਮੈਂ 1975 ਤੋਂ ਵੀ ਜਾਣਦਾ ਸਰਦਾਰ ਜੋਗਿੰਦਰ ਸਿੰਘ ਨੂੰ, ਉਦੋਂ ਇਹਨਾਂ ਨੇ ਪੰਜ ਪਾਣੀ ਮੰਥਲੀ ਮੈਗਜ਼ੀਨ ਚਲਾਇਆ ਸੀ, ਮੈਂ ਉਦੋਂ ਦਾ ਵੀ ਪੜ੍ਹਦਾ ਆ ਰਿਹਾ। ਭਾਵੇਂ ਉਹ ਮੈਗਜ਼ੀਨ ਧਾਰਮਿਕ ਨਹੀਂ ਸੀ ਪਰ ਉਹਦੇ ਵਿੱਚ ਸਮਾਜ ਨੂੰ ਚੇਤਨ ਕਰਨ ਦਾ, ਸਿੱਖ ਸਮਾਜ ਨੂੰ ਉੱਚਾ ਉਠਾਉਣ ਦਾ ਇਹ ਲੇਖ ਲਿਖ ਕੇ ਅਤੇ ਹੋਰ ਵਿਦਵਾਨਾਂ ਦੀਆਂ ਜਿਹੜੀਆਂ ਲਿਖਤਾਂ ਲੈ ਕੇ ਉਹ ਉਪਰਾਲਾ ਕਰ ਰਿਹਾ ਸੀ। ਤੇ ਉਸ ਤੋਂ ਬਾਅਦ ਦਸੰਬਰ 2005 ਦੇ ਵਿੱਚ ਇਹੋ ਹੀ ਮੈਗਜ਼ੀਨ ਤਰੱਕੀ ਕਰਦਾ ਹੋਇਆ ਰੋਜ਼ਾਨਾ ਸਪੋਕਸਮੈਨ ਅਖਬਾਰ ਦਾ ਰੂਪ ਧਾਰਨ ਕਰ ਗਿਆ ਤੇ ਜਦੋਂ ਇਸ ਅਖਬਾਰ ਨੇ ਧੂੰਆਂ ਧਾਰ ਲੇਖ ਲਿਖਣੇ ਸ਼ੁਰੂ ਕੀਤੇ, ਮੇਰੇ ਲੇਖ 30-35 ਸਾਲ ਪਹਿਲਾਂ ਤੋਂ ਚਾਹੇ ਅਜੀਤ, ਚਾਹੇ ਨਵਾਂ ਜ਼ਮਾਨਾ ਤੇ ਚਾਹੇ ਜਗ ਬਾਣੀ ਕੋਈ ਵੀ ਨਹੀਂ ਛਾਪਦਾ ਸੀ, ਮੈਂ ਸਾਰਿਆਂ ਨੂੰ ਭੇਜਦਾ ਰਹਿੰਦਾ ਸੀ। ਪੰਜਾਬੀ ਟ੍ਰਿਬਿਊਨ ਨੇ ਵੀ ਉਹ ਲੇਖ ਮੇਰੇ ਕਈ ਸਾਰੇ ਵਾਪਸ ਕਰ ਦੇਣੇ ਤੇ ਪਹਿਲੀ ਵਾਰੀ ਸਰਦਾਰ ਜੋਗਿੰਦਰ ਸਿੰਘ ਨੇ ਉਹਨਾਂ ਲੇਖਾਂ ਨੂੰ ਛਾਪਣਾ ਸ਼ੁਰੂ ਕਰਿਆ, ਕਿਉਂਕਿ ਮੈਂ ਅੰਦਰ ਵੜ ਕੇ ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰਾਂ ਦੀਆਂ ਮੰਦੀਆਂ ਕਰਤੂਤਾਂ ਵੇਖ ਚੁੱਕਿਆ ਸੀ ਤੇ ਉਹ ਪਾਖੰਡ ਮੈਂ ਨੰਗਾ ਕਰਦਾ ਸੀ ਆਪਣੇ ਲੇਖਾਂ ਦੇ ਰਾਹੀਂ, ਤੇ ਉਹ ਪਹਿਲੀ ਵਾਰੀ ਇਹਨਾਂ ਨੇ ਛਾਪਣੇ ਸ਼ੁਰੂ ਕੀਤੇ। ਉਪਰੰਤ ਇਹ ਸਿਲਸਿਲਾ ਅੱਗੇ ਤੋਂ ਅੱਗੇ ਚੱਲਦਾ ਗਿਆ। 2005 ਦਸੰਬਰ ਤੋਂ ਇਹ ਅਖਬਾਰ ਚੱਲ ਪਿਆ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਅਤੇ ਤਖਤਾਂ ਦੇ ਜਥੇਦਾਰਾਂ ਨੂੰ ਜਿਹੜੇ ਕਿ ਗੋਲਕਾਂ ਦੇ ਉੱਤੇ ਕਾਬਜ਼ ਸਨ, ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹਨਾਂ ਨੂੰ ਜੋਗਿੰਦਰ ਸਿੰਘ ਬੁਰਾ ਲੱਗਿਆ, ਸਾਡੇ ਵਰਗੇ ਲਿਖਾਰੀ ਬੁਰੇ ਲੱਗੇ ਤੇ ਇਹਨਾਂ ਨੇ ਫਿਰ 2003 ਦੇ ਵਿੱਚ ਜਦੋਂ ਵੀਰ ਜੋਗਿੰਦਰ ਸਿੰਘ ਨੇ ਇੱਕ ਵਰਲਡ ਕਾਨਫਰੰਸ ਸੱਦੀ ਮੋਹਾਲੀ ਦੇ ਵਿੱਚ, ਤੇ ਉਸ ਵਰਲਡ ਕਾਨਫਰੰਸ ਦੇ ਵਿੱਚ ਦੁਨੀਆ ਭਰ ਦੇ ਵਿਦਵਾਨ ਗੁਰਸਿੱਖ ਆਏ ਤਾਂ ਕਿ ਅਖਬਾਰ ਨੂੰ ਅਤੇ ਰਸਾਲੇ ਨੂੰ ਇਸ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਸਕੇ, ਤੇ ਇਹਨਾਂ ਨੇ ਉਸ ਕਾਨਫਰੰਸ ਨੂੰ ਫੇਲ ਕਰਨ ਦਾ ਵੀ ਪੂਰਾ ਵਾਹ ਲਾਇਆ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ। ਪਰ ਇਹਨਾਂ ਤੋਂ ਫੇਲ ਨਾ ਹੋਈ, ਉਹ ਕਾਨਫਰੰਸ ਪੂਰ ਚੜ ਗਈ ਕਿਉਂਕਿ ਉਦੋਂ ਇਹਨਾਂ ਦਾ ਰਾਜ ਨਹੀਂ ਸੀ, ਪਰ ਗੁੰਡਿਆਂ ਨੇ ਡਾਂਗਾਂ ਲੈ ਕੇ ਇਹਨਾਂ ਦੇ ਨੇ ਹਮਲਾ ਸਾਡੇ ਤੇ ਕਰਨ ਦਾ ਯਤਨ ਕੀਤਾ, ਪੁਲਿਸ ਨੇ ਉਹਨਾਂ ਨੂੰ ਦੂਰ ਰੋਕ ਲਿਆ ਸਾਡੇ ਤੋਂ, ਤੇ ਉੱਥੇ ਜੋ ਮਤੇ ਪਾਸ ਹੋਏ ਉਹਦੇ ਕਾਰਨ ਕਰਕੇ ਸਰਦਾਰ ਜੋਗਿੰਦਰ ਸਿੰਘ ਨੂੰ ਪੰਥ ਚੋਂ ਛੇਕ ਦਿੱਤਾ ਗਿਆ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਕਾਲਾ ਫਗਾਨਾ ਨੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਪਖੰਡ ਦੇ ਵਿਰੁੱਧ ਤੇ ਉਹਨੂੰ ਵੀ ਪੰਥ ਚੋਂ ਛੇਕ ਦਿੱਤਾ ਗਿਆ। ਇਸੇ ਤਰ੍ਹਾਂ 2006 ਦੇ ਵਿੱਚ ਮੇਰੀਆਂ ਕਿਤਾਬਾਂ ਬਹੁਤ ਸਾਰੀਆਂ ਲਗਾਤਾਰ ਆ ਰਹੀਆਂ ਸੀ, ਲੋਕਾਂ ਤੱਕ ਪਹੁੰਚ ਰਹੀਆਂ ਸੀ, ਸਪੋਕਸਮੈਨ ਚ ਮੇਰੇ ਅਖਬਾਰ ਚ ਲੇਖ ਛਪ ਰਹੇ ਸੀ ਤੇ ਮੈਨੂੰ ਵੀ 2006 ਦੇ ਵਿੱਚ ਪੰਥ ਚੋਂ ਛੇਕ ਦਿੱਤਾ ਗਿਆ। ਇਹ ਛੇਕਣ ਦਾ ਸਿਲਸਿਲਾ ਜ਼ਿਆਦਾ ਤੇ ਸ਼ੁਰੂ ਹੋਇਆ ਸਰਦਾਰ ਗੁਰਮੁਖ ਸਿੰਘ ਤੋਂ, ਜਿਹੜਾ ਕਿ ਸਿੰਘ ਸਭਾ ਦੇ ਮੋਢੀਆਂ ਦੇ ਵਿੱਚੋਂ ਸੀ। ਇਹ ਉਦੋਂ 1885 ਦੇ ਵਿੱਚ ਸਰਦਾਰ ਗੁਰਮੁਖ ਸਿੰਘ, ਜਿਹਨੂੰ ਆਪਾਂ ਪ੍ਰੋਫੈਸਰ ਗੁਰਮੁਖ ਸਿੰਘ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਪੰਥ ਚੋਂ ਛੇਕਿਆ ਗਿਆ ਕਿਉਂਕਿ ਉਹਨੇ ਤੇ ਗਿਆਨੀ ਦਿੱਤ ਸਿੰਘ ਨੇ ਦਰਬਾਰ ਸਾਹਿਬ ਦੇ ਵਿੱਚ ਜੋ ਪਖੰਡ ਕੂੜ ਕੁਫਰ ਹੋ ਰਿਹਾ ਸੀ, ਜਿਹੜੇ ਆਪਣੇ ਆਪ ਨੂੰ ਬੇਦੀ ਤੇ ਸੋਢੀ ਅਖਵਾਉਣ ਵਾਲੇ ਲੋਕ ਸੀ, ਤੇ ਉਹਨਾਂ ਨੂੰ ਘਸੀਟ ਕੇ ਬਾਹਰ ਸੁੱਟ ਦਿੱਤਾ ਸੀ ਤੇ ਉਹਨਾਂ ਦੀਆਂ ਗੱਦੀਆਂ ਲੱਗੀਆਂ ਹੋਈਆਂ ਚੁੱਕ ਕੇ ਸਰੋਵਰ ਚ ਸੁੱਟ ਦਿੱਤੀਆਂ ਸੀ। ਉਹਨਾਂ ਦੀਆਂ ਗੋਲਕਾਂ ਨੂੰ
ਜਿਹੜਾ ਬਾਹਰ ਸੁੱਟ ਦਿੱਤਾ ਸੀ ਤੇ ਕਈ ਸਾਰੀਆਂ ਮੂਰਤੀਆਂ ਵੀ ਅੰਦਰ ਲੱਗੀਆਂ ਸੀ ਉਹਨਾਂ ਨੂੰ ਵੀ ਤੁੜਵਾ ਦਿੱਤਾ ਸੀ ਤੇ ਗੁਰਮੁਖ ਸਿੰਘ ਨੂੰ ਵੀ ਪੰਥ ਚੋਂ ਛੇਕ ਦਿੱਤਾ ਗਿਆ। 110 ਸਾਲ ਤੋਂ ਬਾਅਦ 1995 ਦੇ ਵਿੱਚ ਅਕਾਲ ਤਖ਼ਤ ਦੇ ਅਖੌਤੀ ਪੁਜਾਰੀ ਪ੍ਰੋਫੈਸਰ ਮਨਜੀਤ ਸਿੰਘ ਨੇ 110 ਸਾਲ ਤੋਂ ਬਾਅਦ ਗਲਤੀ ਮੰਨੀ ਕਿ ਗੁਰਮੁਖ ਸਿੰਘ ਨੂੰ ਪੰਥ ਚੋਂ ਛੇਕਣਾ ਗਲਤ ਸੀ, ਅਸੀਂ ਮਾਫ਼ੀ ਮੰਗਦੇ ਹਾਂ, ਇਹ ਉਦੋਂ ਪੁਜਾਰੀਆਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ। 110 ਸਾਲ ਤੋਂ ਬਾਅਦ ਹੋਸ਼ ਆਈ ਇਹਨਾਂ ਨੂੰ। ਖੈਰ ਆਪਾਂ ਅੱਗੇ ਚੱਲਦੇ ਹਾਂ। ਫਿਰ ਆਵਾਜ਼ ਉਠਾਈ 75 ਨਾਟਕ ਦੇ ਵਿਰੁੱਧ ਗਿਆਨੀ ਭਾਗ ਸਿੰਘ ਅੰਬਾਲੇ ਵਾਲਿਆਂ ਨੇ, ਉਹਨਾਂ ਨੂੰ ਵੀ 1970 ਦੇ ਵਿੱਚ ਪੰਥ ਚੋਂ ਛੇਕ ਦਿੱਤਾ ਗਿਆ। ਤੇ ਇਸੇ ਤਰ੍ਹਾਂ ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਇਹਨਾਂ ਨੇ ਪ੍ਰਚਾਰਿਆ ਕੂੜ ਕੁਫਰ ਕਿ ਇਹ ਤਾਂ ਜੀ ਪੰਥ ਦੋਖੀ ਨੇ, ਇਹਨਾਂ ਦੇ ਨਾਲ ਸਾਂਝ ਨਾ ਰੱਖੀ ਜਾਵੇ ਤੇ ਉਹਨਾਂ ਨੂੰ ਨੇੜੇ ਲਿਆਉਣ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ। ਫਿਰ ਨਿਰੰਕਾਰੀਆਂ ਤੇ 1978 ਦੇ ਵਿੱਚ ਅੰਮ੍ਰਿਤਸਰ ਵਿਖੇ ਜਦੋਂ ਉਹ ਆਪਣਾ ਸਮਾਗਮ ਕਰ ਰਹੇ ਸਨ ਤੇ ਉਦੋਂ ਬਕਾਇਦਾ ਉਹਨਾਂ ਤੇ ਹਮਲਾ ਕੀਤਾ ਗਿਆ ਕਿ ਅਸੀਂ ਤੁਹਾਨੂੰ ਇੱਥੇ ਸਮਾਗਮ ਨਹੀਂ ਕਰਨ ਦੇਵਾਂਗੇ। ਇਲਜ਼ਾਮ ਲਾਇਆ ਗਿਆ ਕਿ ਤੁਸੀਂ ਪੰਥ ਦੇ ਵਿਰੁੱਧ, ਗੁਰੂ ਦੇ ਵਿਰੁੱਧ ਪ੍ਰਚਾਰ ਕਰਦੇ ਹੋ। ਤੇ ਉਦੋਂ 17 ਸਿੱਖ ਅਤੇ ਹੋਰ ਭੈਣ ਭਾਈ ਮਾਰੇ ਗਏ, 70 ਬੰਦੇ ਜ਼ਖਮੀ ਹੋਏ ਤੇ ਨਤੀਜਾ ਇਹ ਨਿਕਲਿਆ ਕਿ ਬਹੁਤ ਵੱਡੀ ਜਥੇਬੰਦੀ ਉਹ ਪੰਥ ਚੋਂ ਛੇਕ ਦਿੱਤੀ ਗਈ। ਕਹਿੰਦੇ ਇਹਨਾਂ ਨਾਲ ਵਾਹ ਵਾਸਤਾ ਨਾ ਰੱਖੋ। ਨੇੜੇ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਛੇਕਣ ਦਾ ਪ੍ਰਬੰਧ ਕੀਤਾ ਗਿਆ। ਉਸ ਤੋਂ ਬਾਅਦ ਸੱਚੇ ਸੌਦੇ ਵਾਲਿਆਂ ਦੇ ਵਿਰੁੱਧ ਵਿਵਾਦ ਖੜਾ ਕੀਤਾ, ਆਪਣੇ ਲੋਕਾਂ ਨੂੰ ਮਤ ਨਾ ਦਿੱਤੀ ਕਿ ਤੁਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਤੇ ਉਹਨਾਂ ਨਾਲੋਂ ਵੀ ਨਾਤਾ ਤੋੜ ਲਿਆ ਤੇ ਡੇਰੇ ਵਾਲਿਆਂ ਰਾਮ ਰਹੀਮ ਨੂੰ ਪੰਥ ਚੋਂ ਛੇਕ ਦਿੱਤਾ, ਭਾਵ ਕਿ ਉਹਦੇ ਨਾਲ ਵਰਤੋਂ ਵਿਹਾਰ ਨਾ ਕਰੋ ਕੋਈ ਵੀ। ਉਹ ਭਲਿਓ ਕਦੇ ਆਪਣੀ ਖੋਪੜੀ ਤੋਂ ਕੰਮ ਤਾਂ ਲੈ ਲਓ, ਅਕਲ ਦੀ ਵਰਤੋਂ ਤਾਂ ਕਰ ਲਓ, ਤੁਹਾਡੇ ਅੰਦਰ ਕਿਤੇ ਨਾਨਕ ਸਰੀਏ, ਕਿਤੇ ਰਾਧਾ ਸਵਾਮੀ ਤੋਂ ਇਲਾਵਾ ਕੂਕੇ ਤੇ ਕਿਤੇ ਨਿਹੰਗ ਜਥੇਬੰਦੀਆਂ, ਕਿਤੇ ਡੇਰੇ ਟਕਸਾਲਾਂ, ਇਹ ਤਾਂ ਟੁਕੜੇ ਟੁਕੜੇ ਪੰਥ ਹੋਇਆ ਪਿਆ, ਆਪੋ ਆਪਣੀਆਂ ਮਨਮਾਨੀਆਂ ਸਾਰੇ ਕਰੀ ਜਾ ਰਹੇ ਨੇ, ਉਦੋਂ ਤਾਂ ਤੁਹਾਡੇ ਹੁਕਮਨਾਮੇ ਉਹਨਾਂ ਨੂੰ ਜੰਗਾਲ ਲੱਗ ਜਾਂਦਾ, ਉਦੋਂ ਤਾਂ ਗਰਕ ਹੋ ਜਾਂਦੇ ਨੇ, ਜਥੇਦਾਰਾਂ ਦੀ ਜ਼ਬਾਨ ਨੂੰ ਤਾਲੇ ਲੱਗ ਜਾਂਦੇ ਨੇ। ਤੇ ਫਿਰ ਜੋਗਿੰਦਰ ਸਿੰਘ ਤੇ ਇਲਜ਼ਾਮ ਲਾਇਆ ਕਿ ਇਹ ਤਾਂ ਉੱਚਾ ਦਰ ਬਾਬੇ ਨਾਨਕ ਦਾ ਨਾਮ ਦੇ ਉੱਤੇ ਬਹੁਤ ਪੈਸਾ ਇਕੱਠਾ ਕਰਕੇ ਖਾ ਗਿਆ। ਇੱਥੇ ਇਹ ਮੈਂ ਯਾਦ ਕਰਾ ਦਿਆਂ, ਕੋਈ ਵੀ ਕੰਮ ਕਰਨਾ ਹੋਵੇ ਤਾਂ ਪੈਸੇ ਦੀ ਲੋੜ ਤਾਂ ਪੈਂਦੀ ਹੈ, ਪਰ ਦੇਖਣਾ ਇਹ ਹੁੰਦਾ ਉਹ ਪੈਸਾ ਖਰਚਿਆ ਕਿਵੇਂ ਹੈ, ਉਹ ਪੈਸੇ ਦੀ ਇਨਕਮ ਕਿਵੇਂ ਹੋਈ ਹੈ। ਪਹਿਲਾਂ ਤਾਂ 2 ਨੰਬਰ ਦੇ ਨਾਲ ਜੇ ਇਨਕਮ ਹੋਈ ਹੈ ਉਹ ਪਾਪ ਕਰਮ ਹੈ, ਮੰਨ ਲੈਂਦੇ ਹਾਂ, ਪਰ ਉਹਦਾ ਖਰਚ ਕਿਵੇਂ ਕੀਤਾ ਹੈ, ਜੇ ਆਪਣੇ ਢਿੱਡ ਚ ਪਾ ਲਿਆ ਤਾਂ ਹੋਰ ਵੀ ਵੱਡਾ ਦੁਸ਼ਟ ਕਰਮ ਹੈ। ਸ਼੍ਰੋਮਣੀ ਕਮੇਟੀ ਵਾਲਿਓ, ਡੇਰੇਦਾਰੋ, ਧਿਆਨ ਨਾਲ ਸੁਣ ਲਓ ਮੇਰੀ ਗੱਲ ਨੂੰ ਕਿ ਤੁਸੀਂ ਗੁਰੂ ਕੀਆਂ ਗੋਲਕਾਂ ਨੂੰ ਹੜੱਪ ਕੀਤਾ, ਗੁਰੂ ਦੇ ਨਾਮ ਤੇ ਦਿੱਤੀਆਂ ਜ਼ਮੀਨਾਂ ਨੂੰ ਤੁਸੀਂ ਆਪਣੇ ਨਾਂ ਕਰਵਾ ਲਿਆ, ਜਿਹੜੀਆਂ ਜ਼ਮੀਨਾਂ ਤੁਹਾਡੇ ਨਾਮ ਨਹੀਂ ਵੀ ਹੋਈਆਂ ਉਹਨਾਂ ਦੀ ਇਨਕਮ ਤੁਹਾਡੇ ਢਿੱਡ ਚ ਪੈਂਦੀ ਰਹੀ ਹੈ, ਅਰਬਾਂ ਖਰਬਾਂ ਰੁਪਈਆ ਲੁੱਟ ਕੇ ਤੁਸੀਂ ਗੁਰੂ ਕੀਆਂ ਗੋਲਕਾਂ ਦਾ ਜਿਹੜਾ ਦਿੱਤਾ ਹੋਇਆ ਆਮ ਲੋਕਾਂ ਨੇ ਧਨ ਪਦਾਰਥ ਸੀ ਉਹ ਸਾਰਾ ਤੁਹਾਡੇ ਢਿੱਡਾਂ ਚ ਪੈ ਗਿਆ, ਤੁਸੀਂ ਬੇਅੰਤ ਆਪਣੇ ਮਹਿਲ ਉਸਾਰ ਲਏ, ਜਾਇਦਾਦਾਂ ਬਣਾ ਲਈਆਂ, ਕਾਲਜ ਯੂਨੀਵਰਸਿਟੀਆਂ ਬਣਾ ਲਈਆਂ, ਵੱਡੀਆਂ ਨੌਕਰੀਆਂ ਤੇ ਲੱਗ ਗਏ ਤੇ ਵੱਡੀਆਂ ਗੱਡੀਆਂ ਚ ਘੁੰਮ ਗਏ, ਵੱਡੇ ਲੀਡਰ ਬਣ ਗਏ, ਤੇ ਤੁਹਾਨੂੰ ਰਾਈ ਮਾਤਰ ਸ਼ਰਮ ਨਾ ਆਈ ਕਿ ਅਸੀਂ ਜਿਹੜੇ ਇਹੋ ਜਿਹੇ ਸ਼ਬਦ ਵਰਤ ਰਹੇ ਹਾਂ ਕਿ ਜੋਗਿੰਦਰ ਸਿੰਘ ਲੁੱਟ ਕੇ ਖਾ ਗਿਆ, ਅਸੀਂ ਪਹਿਲਾਂ ਕੀ ਖਾ ਗਏ, ਉਹਨੇ ਤਾਂ ਕੋਈ ਕੰਮ ਕਰਕੇ ਵਿਖਾਇਆ, ਉਹਦੀ ਵਿਚਾਰਧਾਰਾ ਅੱਗੇ ਵਧੀ, ਅਸੀਂ ਉਹਦਾ ਸਾਰਿਆਂ ਨੇ ਸਾਥ ਦਿੱਤਾ, ਹਿੰਮਤ ਨਹੀਂ ਹਾਰੀ, ਅੱਜ ਤੁਹਾਡੀਆਂ ਜੜਾਂ ਖੋਖਲੀਆਂ ਹੋ ਗਈਆਂ ਨੇ, ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੇ, ਅਕਾਲੀ ਦਲ ਪੰਜਾਬ ਦੇ ਵਿੱਚੋਂ ਮਰ ਗਿਆ, ਸ਼੍ਰੋਮਣੀ ਕਮੇਟੀ ਪੰਜਾਬ ਦੇ ਵਿੱਚੋਂ ਮਰ ਗਈ, ਤੁਹਾਡਾ PTC ਚੈਨਲ ਪੰਜਾਬ ਦੇ ਵਿੱਚੋਂ ਮਰ ਗਿਆ, ਤੁਹਾਨੂੰ ਇਹਦਾ ਨਾਮ ਬਦਲਣਾ ਪੈ ਗਿਆ, ਤੁਹਾਨੂੰ ਇਹ ਬਾਦਲ ਦੇ ਸਕੰਜੇ ਚੋਂ ਕੱਢਣਾ ਪਵੇਗਾ, ਤੇ ਨਹੀਂ ਤਾਂ ਤੁਹਾਡਾ ਕਿਤੇ ਵੀ ਰਾਈ ਮਾਤਰ
इज्जत महफूज नहीं रहनी मुंह दिखाउण जोगे, तुसी तां हुण भी नहीं रहे, फिर तां तुसी पंजाब च रहण जोगे भी नहीं रहोगे। तुहाडा अद्धा अकाली दल ते मोनियां दा बन चुकिया होया है, वोटां तुसी मोने मुंडियां नूं कट्ठे करके तुसी पवा लैने हो, ते कई वारी तां तुसी 10-10, 15-15 साल भारत सरकार दे नाल मिलके श्रोमणी कमेटी दियां वोटां ही नहीं पैण दिंदे कि गोलक साडे कोले आ रही है, आई जाण दिओ। सारे गुरद्वारियां च मरमत्तां हो रहियां ने, तुहानूं नजर नहीं आई। पंजाब दे नौजवान नशेड़ी हो रहे ने, तुहानूं नजर नहीं आए। पंजाब दे नौजवानां वास्ते सस्ती विद्या मिले, तुहानूं उहनां दा फिकर नहीं होया कदी भी। साडे मुंडियां नूं कुड़ियां नूं विदेशां दे विच पढ़न वास्ते नौकरियां वास्ते खज्जल खुआर होना पै रहा है, लखां रुपया रोड़ना पै रहा है, तुहानूं कदे होश ना आई। तुहाडे कालजां च तुहाडे स्कूलां च गरीबी दा झूठा सर्टिफिकेट दाखल करके तुहाडे अमीरां दे बच्चे उत्थे पढ़ रहे ने, फीसां माफ करवा लैंदे ने ते अनेकां सहूलतां लै लैंदे ने, पर लोड़वंद नौजवानां नूं तुहाडे खालसा कालजां दे विच ओह सहूलतां नहीं मिलदियां जिहड़ियां कि तुसीं पछड़े वर्गां दा झूठा सर्टिफिकेट बना के पछड़े वर्गां दे झूठे सर्टिफिकेट बना के नौकरियां लैनियां अते दाखले लैने, फीसां माफ करवा लैनियां, तुहाडे वास्ते कोई शर्म दी गल नहीं है। ये सारा कुछ हो रहा है इत्थे गुरद्वारियां दे विच, जिहड़ा तुसीं इल्जाम लाउने हो सरदार जगिंदर सिंह ते कि वह लुट के खा गया, तुसीं दरबार साहब ते जदों 1984 च कुछ गोलियां लगियां सी उन्हां गोलियां दे निशान मिटाउण वास्ते तुसीं दुनिया भर दे विचों सोना इकट्ठा करके हड़प कर गए, मना मुही सोना तुसीं खा गए। अकाल तख्त सरकार ने बना के दे दिता सी ते सिखां दे राही बनवाया सी, जिहड़ा ठेकेदार सी इक सिख उहनूं भी पूरे पूरा पता सी मर्यादा दा, सिख भाई सी ठेकेदार, ते जिहड़ा संता सिंह निंग सी ते उह भी सिखां दे विचों ही सी, ते उहनूं सेवा दे के एक सिख ठेकेदार तों अकाल तख्त दी इमारत दी नवें सिरों उसारी करवा दित्ती गई सी, तुसीं उह भी आप टोहा दित्ती ते नवें सिरों आप टकसाल दे राहीं अकाल तख्त बनाया गया। 30 करोड़ रुपया उहदे ते लग्गिया विखाया गया, पता नहीं किन्ने करोड़ रुपया लुट के आप खा गए अकाल तख्त दे नां ते। उहनां नूं तां कहिंदे आ उन्होंने अकाल तख्त ढाया, तुसी आप ढाया भी ते उहदे विचों बेअंत पैसा खाया भी, ते फिर उत्थे सोने दीआं कहीआं अते तांसले ओ गायब हो गए। उत्थे तरह तरह दीआं कीमती वस्तां गायब हो गईआं, उत्थे रमाले चांदनियां चौर ओ गायब हो गए, उत्थे सरावां दे विच उत्थे रिहायशी कमरियां दे विच की मंदे तों मंदे काम हुंदे ने, सारियां ऑडियो वीडियो इस वक्त जिहड़े उत्थे नौकरियां करन वाले चंगे अहुदियां दे मुलाजम ने ओह वीडियो कानफ्रेंसां करके सारा कुछ दस रहे ने किन्ने नीच कर्म तुहाडी कमेटी दीआं सरावां दे विच हो रहे ने। तुहानूं राई मात्र शर्म नहीं आउंदी ते बदनाम करदे हो सरदार जगिंदर सिंह नूं। ते इसे तरह जिहड़ियां जमीनां थां थां ते ने उहनां दा ठेका किहनूं जांदा है, किवें जांदा है, शाहबाद मारकंडे दी जमीन ओह बादल परिवार दे नां ते किवें लग गई, ते तरन तारन दा चोला साहब गुरद्वारा है ओह जमीन तुहाडे नाम ते किवें लग गई, ते किन्नियां दुकानां ने गुरद्वारियां दे नाल, किन्नियां जमीनां ने, किन्नी आमदन है, सारा तुसीं लुट के खा गए ते कदी पंथ दी चढ़दी कला वास्ते कम नहीं कीता। बस ਇਹ ਗੁਰੂ ਕੀਆਂ ਗੋਲਕਾਂ ਜਾਂ ਤਾਂ ਆਪਣੇ ਢਿੱਡ ਚ ਪਾਉਣੀਆਂ ਨੇ ਜਾਂ ਚੋਣਾਂ ਵਾਸਤੇ ਚੋਣ ਫੰਡ ਵਾਸਤੇ ਵਰਤ ਲੈਣੀਆਂ ਨੇ। ਤੇ ਇੱਥੋਂ ਤੱਕ ਜਗੀਰ ਕੌਰ ਨੇ ਜਦੋਂ ਸਨ 2000 ਦੇ ਵਿੱਚ ਇਹ ਪ੍ਰਧਾਨ ਬਣੀ ਹੈ ਸ਼੍ਰੋਮਣੀ ਕਮੇਟੀ ਦੀ, ਉਦੋਂ 14 ਕਰੋੜ 26 ਲੱਖ ਰੁਪਈਆ ਬਾਦਲ ਦੀ ਪਾਰਟੀ ਨੂੰ ਅਕਾਲੀ ਦਲ ਨੂੰ ਚੋਣ ਫੰਡ ਵਾਸਤੇ ਗੁਰਦੁਆਰਿਆਂ ਦੀਆਂ ਗੋਲਕਾਂ ਚੋਂ ਕਢਾ ਕੇ ਦਿੱਤਾ ਗਿਆ, ਤੇ ਉਹ ਸਾਰਾ ਰਿਕਾਰਡ ਮੈਂ ਆਪਣੇ ਕੋਲੇ ਸਾਂਭ ਕੇ ਰੱਖਿਆ ਹੋਇਆ, ਤੇ ਇਹਨਾਂ ਨੇ ਕਿੰਨੀ ਲੁੱਟ ਮਚਾਈ ਹੈ। ਤੇ ਫਿਰ ਇਹ ਕਦੀ ਸਰਸੇ ਵਾਲੇ ਸਾਧ ਨੂੰ ਮਾਫੀਨਾਮਾ ਦੇਣ ਵਾਸਤੇ 92 ਲੱਖ ਰੁਪਈਆ ਗੋਲਕਾਂ ਚੋਂ ਰੋੜ ਦਿੰਦੇ ਨੇ।
ਤੇ ਫਿਰ KPS ਗਿੱਲ ਨੂੰ ਸਿੱਖਾਂ ਦਾ ਕਾਤਲ ਵੀ ਕਹਿੰਦੇ ਨੇ ਤੇ ਉਹਨੂੰ ਮਸਤੂਆਂ ਨੇ ਜਾ ਕੇ ਸੁਖਦੇਵ ਸਿੰਘ ਢੀਂਡਸਾ ਸਰੋਪੇ ਵੀ ਦੇ ਦਿੰਦਾ ਤੇ ਉਹਨੂੰ ਮਹਿਤੇ ਚੌਂਕ ਆ ਜਿਹੜਾ ਹਰਨਾਮ ਸਿੰਘ ਧੁੰਮ ਹੈ ਇਹ ਵੀ KPS ਗਿੱਲ ਨੂੰ ਸਰੋਪੇ ਦੇ ਕੇ ਸਨਮਾਨਿਤ ਕਰਦਾ ਜਿਹਨੂੰ ਕਾਤਲ ਵੀ ਕਹਿੰਦੇ ਹੋ। ਆਤਮਾ ਸਿੰਘ ਲੁਬਾਣਾ ਦਿੱਲੀ ਦਾ ਇੱਕ ਬੰਦਾ ਜਿਹੜਾ ਕਿ 1984 ਦੇ ਸਿੱਖਾਂ ਦੇ ਕਾਤਲਾਂ ਦੇ ਨਾਲ ਸਮਝੌਤਾ ਕਰਨ ਵਾਸਤੇ ਆਤਮਾ ਸਿੰਘ ਲੁਬਾਣਾ ਨੇ ਕਰੋੜਾਂ ਰੁਪਈਏ ਦਾ ਸੌਦਾ ਕਰ ਲਿਆ ਕਿ ਅਸੀਂ ਗਵਾਹੀ ਨਹੀਂ ਦੇਵਾਂਗੇ। ਉਹ ਬੀਬੀਆਂ ਦਿੱਲੀ ਵਾਲੀਆਂ ਦਰਸ਼ਨ ਕੌਰ ਅਤੇ ਹੋਰ ਅਕਾਲ ਤਖ਼ਤ ਦਾ ਅਖੌਤੀ ਜਥੇਦਾਰ ਪੁਜਾਰੀ ਜੋਗਿੰਦਰ ਸਿੰਘ ਬਦਾਂਤੀ ਕੋਲੇ ਆ ਕੇ ਬਿਲਕੀਆਂ ਰੋਈਆਂ ਕਿ ਆਤਮਾ ਸਿੰਘ ਲੁਬਾਣਾ ਨੂੰ ਰੋਕੋ, ਉਹ ਸਾਨੂੰ ਇਸ ਤਰ੍ਹਾਂ ਜਲੀਲ ਕਰ ਰਹੇ ਹੈ। ਤੇ ਜੋਗਿੰਦਰ ਸਿੰਘ ਬਦਾਂਤੀ ਨੇ ਇਹ ਕਿਹਾ ਕਿ ਜਾਓ ਤੁਸੀਂ ਖੇਖਣ ਹਾਰੀਆਂ ਹੋ, ਚਲੀਆਂ ਜਾਓ ਇੱਥੋਂ, ਤੁਹਾਡੀ ਇੱਥੇ ਮੈਂ ਕੋਈ ਗੱਲ ਨਹੀਂ ਸੁਣਾਂਗਾ। ਇਹਨਾਂ ਨੂੰ ਰਾਈ ਮਾਤਰ ਸ਼ਰਮ ਨਾ ਆਈ। ਤਖਤਾਂ ਦੇ ਜਥੇਦਾਰ ਦੁਖਿਆਰਾਂ ਦੁਖਿਆਰੀਆਂ ਬੀਬੀਆਂ ਦੀ ਆਵਾਜ਼ ਸੁਣਨ ਨੂੰ ਵੀ ਤਿਆਰ ਨਹੀਂ ਤੇ ਜਿਹੜਾ ਲੁਟੇਰਾ ਬੰਦਾ ਉਹਦੇ ਆਪਣੇ ਲੁਬਾਣਾ ਪਰਿਵਾਰਾਂ ਨੇ, ਉਹਦੇ ਸੰਗੀ ਸਾਥੀਆਂ ਨੇ, ਰਿਸ਼ਤੇਦਾਰਾਂ ਨੇ ਉਹਨੂੰ ਆਪਣੇ ਪੰਥ ਚੋਂ, ਆਪਣੀ ਜਥੇਬੰਦੀ ਚੋਂ ਛੇਕ ਦਿੱਤਾ, ਉਹਦਾ ਘਰ ਢਾ ਦਿੱਤਾ, ਉਹਨੂੰ ਭਾਰਤ ਦੇ ਵਿੱਚੋਂ ਭੱਜ ਕੇ ਬਾਹਰਲੇ ਦੇਸ਼ ਵਿੱਚ ਜਾ ਕੇ ਆਪਣੀ ਜਾਨ ਬਚਾਉਣੀ ਪਈ। ਲੋਕਾਂ ਨੇ ਤਾਂ ਉਹਦਾ ਇੰਨਾ ਵਿਰੋਧ ਕੀਤਾ ਪਰ ਜਥੇਦਾਰਾਂ ਨੇ ਉਹਨੂੰ ਪਵਿੱਤਰ ਕਰਾਰ ਦਿੱਤਾ ਕਿ ਉਹਨੇ ਕੋਈ ਗਲਤੀ ਨਹੀਂ ਕੀਤੀ। ਇੱਕ ਨਹੀਂ, ਇੱਥੇ ਬਾਦਲ ਪਰਿਵਾਰ ਪੰਥ ਨੂੰ ਲੁੱਟ ਕੇ ਖਾ ਗਿਆ। ਸ਼੍ਰੋਮਣੀ ਕਮੇਟੀ ਇਹਦੇ ਅਧੀਨ, ਅਕਾਲੀ ਦਲ ਇਹਦੇ ਅਧੀਨ, PTC ਚੈਨਲ ਇਹਦੇ ਅਧੀਨ, ਸਾਰੇ ਕਾਲਜ ਸਕੂਲ ਇਹਦੇ ਅਧੀਨ। ਉਹ ਪੁਜਾਰੀ ਤਬਕਿਆ, ਅਜੇ ਤਾਂ ਸ਼ਰਮ ਕਰ ਲਓ ਤੇ ਅਜੇ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਪੂਰੀ ਤਰ੍ਹਾਂ ਬਰਬਾਦ ਹੋ ਗਏ, ਸਾਨੂੰ ਦੁਨੀਆਂ 'ਚ ਮੂੰਹ ਦਿਖਾਉਣ ਜੋਗੇ ਛੱਡ ਦਿਓ, ਇੰਨੇ ਨੀਵੇਂ ਕੰਮ ਨਾ ਕਰੋ। ਤੁਹਾਡੇ ਹਜ਼ੂਰ ਸਾਹਿਬ ਬੱਕਰੇ ਵੱਢੇ ਜਾ ਰਹੇ ਨੇ ਤੁਹਾਡੇ ਤਖ਼ਤ ਦੇ ਉੱਤੇ, ਉੱਥੋਂ ਦਾ ਅਖੌਤੀ ਪੁਜਾਰੀ ਜਥੇਦਾਰ ਉਹ ਮੂੰਹ ਤੇ ਠਾਠਾ ਬੰਨੀ ਬਦਮਾਸ਼ਾਂ ਵਾਂਗੂ ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਤੇ ਉੱਥੇ ਤੁਹਾਡੇ ਹੱਥਾਂ ਚੋਂ ਉਹ ਤਖ਼ਤ ਕਦੋਂ ਦਾ ਨਿਕਲ ਚੁੱਕਿਆ, ਪਟਨਾ ਸਾਹਿਬ ਵਾਲਾ ਤੁਹਾਡੇ ਹੱਥ ਚੋਂ ਨਿਕਲ ਚੁੱਕਿਆ ਤੇ ਆਹ ਜਿਹੜੇ ਤਖ਼ਤ ਨੇ ਤੁਹਾਡੇ ਹੱਥ ਚ ਹੁਣ ਨਹੀਂ ਰਹਿਣੇ, ਇਹ ਗੋਲਕਾਂ ਤੁਹਾਡੇ ਕੋਲੇ ਨਹੀਂ ਰਹਿਣੇ ਆ। ਤੁਸੀਂ ਬਹੁਤ ਦੁਸ਼ਟ ਕਰਮ ਕਰ ਲਏ ਨੇ, ਦੂਜਿਆਂ ਤੇ ਇਲਜ਼ਾਮ ਲਾਉਣ ਦੀ ਥਾਂ ਤੇ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਲਓ ਕਿ ਅਸੀਂ ਪੰਥ ਦਾ ਬੇੜਾ ਕਿਵੇਂ ਬਿਠਾ ਦਿੱਤਾ, ਕਿਵੇਂ ਅਸੀਂ ਲੁੱਟ ਕੇ ਖਾ ਗਏ, ਕਿਵੇਂ ਅਸੀਂ ਅਰਬਾਂ ਦੇ ਮਾਲਕ ਬਣ ਗਏ ਤੇ ਪੰਥ ਸਾਰਾ ਕੱਖੋਂ ਹੌਲਾ ਹੋ ਗਿਆ। ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਅੱਜ ਮੂੰਹ ਦਿਖਾਉਣ ਜੋਗੇ ਨਹੀਂ ਕਿਤੇ ਰਹੇ ਤੇ PTC ਚੈਨਲ ਸਾਨੂੰ ਤਬਾਹੀ ਦੇ ਕੰਢੇ ਲਿਜਾਣ ਨੂੰ ਫਿਰਦਾ, ਝੂਠੀਆਂ ਖਬਰਾਂ ਫੈਲਾ ਰਿਹਾ। ਅਜੇ ਤਾਂ ਕੁਝ ਮਾੜੀ ਮੋਟੀ ਸ਼ਰਮ ਕਰ ਲਓ। ਜਿਸ ਵਿਚਾਰਧਾਰਾ ਨੇ, ਸਪੋਕਸਮੈਨ ਨੇ ਸਾਨੂੰ ਗਿਆਨ ਦਿੱਤਾ, ਇੱਕ ਕ੍ਰਾਂਤੀਕਾਰੀ ਸੋਚ ਦਿੱਤੀ ਤੇ ਗੁਰਮਤ ਦੇ ਰਾਹ ਪਾਇਆ ਤੇ ਤੁਸੀਂ ਉਹਨੂੰ ਤੇ ਕਹਿ ਰਹੇ ਹੋ ਉਹ ਗਲਤ ਹੈ ਤੇ ਤੁਸੀਂ ਜਿਹੜੇ ਸਭ ਕਾਸੇ ਨੂੰ ਲੁੱਟ ਕੇ ਖਾ ਗਏ, ਤੁਸੀਂ ਆਪਣੇ ਆਪ ਨੂੰ ਠੀਕ ਸਿੱਧ ਕਰ ਰਹੇ ਹੋ। ਹੁਣ ਤੁਸੀਂ ਠੀਕ ਸਿੱਧ ਨਹੀਂ ਹੋ ਸਕਣੇ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਤੇ ਅਸੀਂ ਸਾਰੇ ਇਹ ਬਹੁਤ ਵੱਡੀ ਟੀਮ ਬਣ ਚੁੱਕੀ ਹੈ ਤੇ ਸਾਡੀ ਆਵਾਜ਼ ਅੱਜ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆਂ ਵਿੱਚ ਪਹੁੰਚ ਰਹੀ ਹੈ। ਤੁਹਾਡੀ ਆਵਾਜ਼ ਕੋਈ ਸੁਣਨ ਨੂੰ ਤਿਆਰ ਨਹੀਂ, ਤੁਹਾਡੀ ਸ਼ਕਲ ਕੋਈ ਦੇਖਣ ਨੂੰ ਤਿਆਰ ਨਹੀਂ, ਤੁਹਾਨੂੰ ਅੱਜ ਚਾਰੇ ਪਾਸਿਓਂ ਲਾਹਣਤਾਂ ਹੀ ਲਾਹਣਤਾਂ ਪੈ ਰਹੀਆਂ ਨੇ। ਕੁਝ ਤੇ ਸ਼ਰਮ ਕਰ ਲਓ ਕਿ ਝੂਠੇ ਇਲਜ਼ਾਮ ਲਾਉਣ ਦੀ ਥਾਂ ਤੇ ਕੁਝ ਆਪਣੇ ਆਪ ਨੂੰ ਸੁਧਾਰ ਲਓ ਤਾਂ ਕਿ ਸਿੱਖਾਂ ਦਾ ਇੰਨਾ ਵੱਡਾ ਨੁਕਸਾਨ ਜਿਹੜਾ ਤੁਸੀਂ ਕਰ ਦਿੱਤਾ ਹੋਰ ਨੁਕਸਾਨ ਹੋਣੋਂ ਬਚ ਜਾਵੇ। ਇਤਨੇ ਇੱਕ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਖਿਮਾ ਕਰਨੀਆਂ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਆਡੀਓ ਵੀਡੀਓ ਤੁਹਾਡੇ ਸਨਮੁੱਖ ਪੇਸ਼ ਕੀਤੀਆਂ ਜਾਣਗੀਆਂ। ਸਾਰੇ ਵੀਰਾਂ ਭੈਣਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।